ਪ੍ਰੈਜ਼ੀਡੈਂਟ ਵੀ ਆ ਹੋਰ ਕਿਸੇ ਦੇ ਤੇ ਆ ਜਾਓ ਯੂਥ ਕਾਂਗਰਸ ਦਾ ਜਨਰਲ ਸਕੱਤਰ ਇਹਨਾਂ ਦਾ ਬੇਟਾ ਜਿਹੜਾ ਹੈਗਾ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਵੀ ਹੈ ਇਲੈਕਸ਼ਨ ਵੀ ਆ ਇੰਡੀਪੈਂਡੈਂਟ ਜਿੱਤਿਆ ਸੀ ਉਹ ਜਿਹੜਾ ਇਲੈਕਟਿਡ ਪ੍ਰਧਾਨ ਸੀ ਪਟਿਆਲੇ ਦਾ ਇਲੈਕਟਿਡ ਪ੍ਰਧਾਨ ਜਿਹੜੇ ਪਟਿਆਲਾ ਡਿਸਟ੍ਰਿਕਟ ਜਿਹੜੇ ਇਲੈਕਟਿਡ ਹੋਏ ਸੀ ਪ੍ਰਧਾਨ ਉਹਨਾਂ ਦੇ ਫਸਟ ਪ੍ਰਧਾਨ ਆਈ ਸੀ ਪ੍ਰਾਊਡ ਟੂ ਬੀ ਗੱਲ ਜੀ ਮੇਰਾ ਲਾ ਕੇ ਲਾ ਦੋ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਓਕੇ ਕਬੀਰ ਜੀ ਤੁਸੀਂ ਬੋਲਣਾ ਆ ਜਾਓ ਐਸੀ ਲਾਲ ਤੁਝ ਬਿਨ ਕੌਣ ਕਰੇ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਰੀਆਂ ਮੇਰੇ ਮਾਥੇ ਸੋ ਗਰੀਬਾਂ ਨੂੰ ਨਵਾਜਣ ਮੈਨੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਸਰ ਕੰਮ ਕੀਤਾ ਉਹ ਆਪਣੇ ਗੁਰੂਆਂ ਦਾ ਉਹ ਆਸਰਾ ਲੈ ਕੇ ਮੈਂ ਆਪਣੀ ਜ਼ਿੰਦਗੀ ਸ਼ੁਰੂਆਤ ਕੀਤੀ ਮੈਂ ਇੱਕ ਪਟਿਆਲੇ ਦਾ ਜੰਮਪਲ ਹਾਂ ਸ਼੍ਰੀ ਗੁਰੂ ਰਵਿਦਾਸ ਹਰਿਮੰਦਰ ਵਿਖੇ ਮੇਰਾ ਘਰ ਹੈ ਔਰ ਉੱਥੇ 150-200 ਸਾਲ ਤੋਂ ਸਾਡੇ ਬਜ਼ੁਰਗ ਰਹਿ ਰਹੇ ਨੇ ਔਰ ਉਹਦੇ ਨਾਲ ਹੀ ਸਾਡਾ ਗੁਰੂ ਰਵਿਦਾਸ ਮੰਦਰ ਸੀ ਮਲੁੱਕਾ ਸਾਹਿਬ ਵੀ ਪਿਛਲੇ ਸਾਲ ਉੱਥੇ ਜਾ ਕੇ ਆਏ ਇਹਨੇ ਦੇਖੀ ਸੋ ਉੱਥੇ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਕਰਦੇ ਇੱਕ ਸਲੰਮ ਏਰੀਏ ਵਿੱਚ ਆਪਣਾ ਜੀਵਨ ਬਤੀਤ ਕਰਦੇ ਕਰਦੇ ਅੱਜ ਇਸ ਮੁਕਾਮ 'ਤੇ ਪਹੁੰਚੇ ਹਾਂ ਸਿਰਫ ਕੀ ਸੀ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਔਰ ਸੇਵਾ ਕਰਦੇ ਕਰਦੇ ਮੈਨੂੰ ਇਹ ਨਹੀਂ ਪਤਾ ਸੀ ਵੀ ਮੈਂ ਅੱਜ ਇੰਨੀ ਬੜੀ ਸੁਖਬੀਰ ਜੀ ਦੇ ਨਾਲ ਬੈਠ ਕੇ ਮੈਨੂੰ ਔਰ ਇਹਦਾ ਕਾਰਨ ਸਿਰਫ ਸੇਵਾ ਕੋਈ ਮੈਂ ਪੋਲੀਟੀਕਲ ਬੰਦਾ ਨਹੀਂ ਸੀ ਸੇਵਾਦਾਰ ਸੀ ਸੇਵਾ ਕਰਦਿਆਂ ਕਰਦਿਆਂ ਜਦੋਂ ਤੋਂ ਬਾਅਦ ਦਾ ਟਾਈਮ ਸੀ ਸਰਦਾਰ ਬੇਅੰਤ ਸਿੰਘ ਨੇ ਮੈਨੂੰ ਜਨਰਲ ਸੈਕਟਰੀ ਬਣਾਇਆ 1984-85 ਦੇ ਵਿੱਚ ਔਰ ਉਸ ਦਿਨ ਤੋਂ ਲੈ ਕੇ ਕਦੇ ਮੈਂ ਕਾਂਗਰਸ ਪਾਰਟੀ ਤੋਂ ਪਿੱਛੇ ਨਹੀਂ ਹਟਿਆ ਅੱਤਵਾਦ ਦਾ ਪੂਰਾ ਸਮਾਂ ਜਦੋਂ 20-30 ਬੰਦੇ ਮਰਦੇ ਸਨ ਉਦੋਂ ਵੀ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਕਬੀਰਦਾਸ ਸਰਦਾਰ ਬੇਅੰਤ ਸਿੰਘ ਦੇ ਨਾਲ ਤੁਰਦਾ ਸੀ ਕਹਿਣ ਦਾ ਭਾਵ ਕੋਈ ਲਾਲਚ ਨਹੀਂ ਸੀ ਮੈਨੂੰ 92 'ਚ ਸਰਦਾਰ ਬੇਅੰਤ ਸਿੰਘ ਨੇ ਟਿਕਟ ਦੀ ਔਫਰ ਕੀਤੀ ਸੀ ਮੈਂ ਉਹ ਟਿਕਟ ਨਹੀਂ ਲਈ ਆਹ ਗਿੱਲ ਸਾਹਿਬ ਮੇਰੇ ਦੋਸਤ ਖੜ੍ਹੇ ਨੇ ਇਹ ਮੌਜੂਦ ਨੇ ਹਲਕਾ ਚਤਰਾਣਾ ਤੋਂ ਸੋ ਮੈਨੂੰ ਕੋਈ ਕਿਸੇ ਕਿਸਮ ਦਾ ਲਾਲਚ ਨਹੀਂ ਕਿ ਮੈਂ ਕਿਸੇ ਲਾਲਚ ਪਿੱਛੇ ਆ ਹਿਊਮਨ ਬੀਂਗ ਸੇਵਾ ਕਰਨ ਦਾ ਇੱਕ ਸ਼ੌਕ ਸੀ ਉਸ ਸੇਵਾ ਕਰਦਿਆਂ ਕਰਦਿਆਂ ਯਾਰਾਂ ਮਿੱਤਰਾਂ ਨੇ ਦੋਸਤਾਂ ਨੇ ਵੀ ਇੰਨੀ ਸੇਵਾ ਕਰਦੇ ਹੋ ਤੁਸੀਂ ਇਲੈਕਸ਼ਨ ਲੜ ਲਿਓ ਮੈਂ ਲੜਨਾ ਨਹੀਂ ਸੀ ਚਾਹੁੰਦਾ ਚਲੋ ਧੱਕੇ ਨਾਲ 92 'ਚੋਂ ਜਦੋਂ ਮੈਨੂੰ ਇਲੈਕਸ਼ਨ ਪਹਿਲੀ ਵਾਰ ਲੜਾਇਆ ਔਰ ਮੈਂ 92 ਤੋਂ ਲਾ ਕੇ 2012 ਤੱਕ ਇਲੈਕਸ਼ਨ ਲੜਦਾ ਰਿਹਾ ਆਹ ਪ੍ਰੈਸ ਵਾਲੇ ਮੇਰੇ ਸਾਰੇ ਪਟਿਆਲੇ ਕਈ ਬੈਠੇ ਨੇ ਇਹ ਸਾਰੇ ਵਿਸ਼ਾਲ ਜੀ ਇਹ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਕਦੇ ਵੀ ਆਪਣੀ ਜ਼ਿੰਦਗੀ 'ਚ ਦਾਗ ਨਹੀਂ ਲੱਗਣ ਦਿੱਤਾ ਕਿਸੇ ਕਾਰਪੋਰੇਸ਼ਨ ਤੋਂ ਕਿਸੇ ਬੰਦੇ ਤੋਂ ਸ਼ਹਿਰ ਦੇ ਕਿਸੇ ਪਿੰਡ ਤੋਂ ਪਤਾ ਕਰ ਲਓ ਵੀ ਕਬੀਰਦਾਸ ਕਿੱਦਾਂ ਦਾ ਬੰਦਾ ਮੈਂ ਐਜ਼ ਸੇਵਾਦਾਰੀ ਪੋਲੀਟਿਕਸ ਕੀਤੀ ਹੈ ਪੋਲੀਟਿਕਸ 'ਚ ਮੈਂ ਨਾਮ ਕਮਾਉਣ ਵਾਸਤੇ ਨਹੀਂ ਸੇਵਾਦਾਰੀ ਕਰਕੇ ਮੈਂ ਆਇਆ ਔਰ ਉਹ ਨਾਮ ਜਦੋਂ ਹੋ ਜਾਂਦਾ ਫਿਰ ਕਈ ਬੰਦਿਆਂ ਨੂੰ ਉਹ ਚੁਭਣ ਮਹਿਸੂਸ ਹੁੰਦੀ ਹੈ ਔਰ ਫਿਰ ਪਾਰਟੀਆਂ ਦਾ ਫੈਸਲਾ ਕਰਨਾ ਪੈਂਦਾ ਵੀ ਜਿਹੜੀ ਗੱਲ ਸੰਗਤ 'ਚ ਆ ਰਹੀ ਹੈ ਕੀ ਉਹ ਠੀਕ ਹੈ ਸੰਗਤ ਦੀ ਆਵਾਜ਼ ਬਣ ਗਿਆ ਜਦੋਂ ਸੰਗਤ ਦੀ ਆਵਾਜ਼ ਬਣਿਆ ਤਾਂ ਉਸ 'ਚ ਕਈ ਬੰਦਿਆਂ ਨੂੰ ਦਿੱਕਤਾਂ ਆਈਆਂ ਬੜੀ ਪੀੜਾ ਹੁੰਦੀ ਸੀ ਵੀ ਜੇ ਸੰਗਤ ਦੀ ਆਵਾਜ਼
ਜੋ ਸੰਗਤ ਚਾਹੁੰਦੀ ਹੈ ਨਹੀਂ ਹੋ ਰਿਹਾ, ਦੇਖਦੇ ਰਹੇ ਸੋ ਜੋ ਕੰਮ ਦੇਖਿਆ ਮੈਂ ਸੁਖਬੀਰ ਸਾਹਿਬ ਬਾਦਲ ਸਾਹਿਬ ਹੋਰਾਂ ਦਾ, ਕਿਉਂਕਿ ਮੈਂ ਧਾਰਮਿਕ ਜ਼ਿਆਦਾ ਬੰਦਾ, ਇਹਨਾਂ ਨੇ ਖੁਰਾਲਗੜ੍ਹ ਵਿੱਚ ਜੋ ਇਤਿਹਾਸਿਕ ਕੰਮ ਮੈਂ ਸਮਝਦਾ ਕੀਤਾ ਉਹ ਅੱਜ ਤੱਕ ਕਿਸੇ ਵੀ ਕਾਂਗਰਸ ਪਾਰਟੀ ਨੇ ਜਾਂ ਕਿਸੇ ਵੀ ਸਰਕਾਰ ਨੇ ਕੀਤਾ ਨਹੀਂ। ਮੈਂ ਧੰਨਵਾਦੀ ਹਾਂ ਬਾਦਲ ਸਾਹਿਬ।